ਮਾਮਲਾ ਸੀ ਸਰ? ਮਾਨਯੋਗ ਸੀ ਐਮ ਸਾਹਿਬ ਪੰਜਾਬ, ਡੀ ਜੀ ਪੀ ਸਾਹਿਬ ਪੰਜਾਬ ਅਤੇ ਐੱਸ ਐੱਸ ਪੀ ਸਾਹਿਬ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਸੂਬੇ ਨੂੰ ਨਸ਼ਾ ਮੁਕਤ ਕਰਾਉਣ ਲਈ ਅਤੇ ਮਾੜੇ ਅੰਸਰਾਂ 'ਤੇ ਨੱਥ ਪਾਉਣ ਲਈ ਲਗਾਤਾਰ ਕੋਆਰਡੀਨੇਟ ਸਰਚ ਓਪਰੇਸ਼ਨ, ਸਪੈਸ਼ਲ ਨਾਕਾਬੰਦੀਆਂ, ਹੋਰ ਵੱਖ ਵੱਖ ਤਰ੍ਹਾਂ ਦੇ ਓਪਰੇਸ਼ਨ ਜਿਹੜੇ ਲਗਾਤਾਰ ਕੀਤੇ ਜਾ ਰਹੇ ਹੈ। ਇਸੇ ਦੀ ਲੜੀ ਵਿੱਚ ਬਠਿੰਡਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ। ਜਦੋਂ ਥਾਣਾ ਮੌੜ ਦੀ ਇੱਕ ਪੁਲਿਸ ਪਾਰਟੀ ਵੱਲੋਂ ਪਿੰਡ ਧੀਂਗੜ ਤੋਂ ਸੰਦੋਹਾ ਲਿੰਕ ਰੋਡ ਪਰ ਸਪੈਸ਼ਲ ਨਾਕਾਬੰਦੀ ਲਾਈ ਗਈ ਸੀ, ਜਿੱਥੇ ਸ਼ੱਕੀ ਪੁਰਸ਼ਾਂ ਦੀ ਅਤੇ ਸ਼ੱਕੀ ਵਹੀਕਲਸ ਦੀ ਜਿਹੜੀ ਚੈਕਿੰਗ ਕੀਤੀ ਜਾ ਰਹੀ ਸੀ। ਦੌਰਾਨੇ ਚੈਕਿੰਗ ਧੀਂਗੜ ਵਾਲੀ ਸਾਈਡ ਤੋਂ ਇੱਕ ਪੈਦਲ ਇੱਕ ਵਿਅਕਤੀ ਜਿਹੜਾ ਆਉਂਦਾ ਹੋਇਆ ਨਜ਼ਰ ਆਇਆ, ਜਿਹਦੇ ਮੋਢੇ 'ਤੇ ਰਕਸੈਕ ਯਾਨੀ ਕਿ ਪਿੱਠੂ ਬੈਗ ਪਾਇਆ ਹੋਇਆ ਸੀਗਾ, ਜਿਹਨੂੰ ਰੋਕ ਕੇ ਤਲਾਸ਼ੀ ਲਿੱਤੀ ਗਈ, ਜਿਹਦੇ ਪਿੱਠੂ ਬੈਗ 'ਚੋਂ 5 ਕਿਲੋ ਅਫੀਮ ਜਿਹੜੀ ਬਰਾਮਦ ਹੋਈ। ਦੋਸ਼ੀ ਦੀ ਜਿਹੜੀ ਪਹਿਚਾਣ ਹੈਗੀ ਹੈ ਉਹ ਸੂਰਜ ਸਨ ਆਫ ਪੱਪੂ ਸਿੰਘ, ਰੈਜ਼ੀਡੈਂਟ ਆਫ ਨੇੜੇ ਰਵਿਦਾਸ ਜੀ ਦੀ ਧਰਮਸ਼ਾਲਾ ਮੌੜ ਖੁਰਦ ਵਜੋਂ ਹੋਈ। ਦੋਸ਼ੀ ਦੇ ਖਿਲਾਫ ਐੱਫ ਆਈ ਆਰ ਨੰਬਰ 32 ਡੇਟਡ 20/3/24 ਅੰਡਰ ਸੈਕਸ਼ਨ 18-61 ਐੱਨ ਡੀ ਪੀ ਐੱਸ ਐਕਟ ਥਾਣਾ ਮੌੜ ਵਿਖੇ ਦਰਜ ਕੀਤਾ ਗਿਆ। ਮੁੱਢਲੀ ਜਿਹੜੀ ਅਸੀਂ ਇਸ ਤੋਂ ਪੁੱਛ ਪੜਤਾਲ ਕੀਤੀ ਹੈ, ਉਸ ਤੋਂ ਇਹ ਗੱਲ ਸਾਹਮਣੇ ਆਈ ਹੈ ਵੀ ਦੋਸ਼ੀ ਜਿਹੜੀ 5 ਕਿਲੋ ਅਫੀਮ ਸੀਗੀ ਇਹ ਸੂਬਾ ਰਾਜਸਥਾਨ ਦੇ ਸ਼ਹਿਰ ਭੀਲਵਾੜਾ ਤੋਂ ਲੈ ਕੇ ਆਇਆ ਸੀਗਾ। ਇਸ ਦੀ ਹੋਰ ਗਹਿਰਾਈ ਨਾਲ ਜਿਹੜੀ ਪੁੱਛਗਿੱਛ ਕੀਤੀ ਜਾਊਗੀ, ਮਾਣਯੋਗ ਅਦਾਲਤ ਤੋਂ ਪੁਲਿਸ ਰਿਮਾਂਡ ਹਾਸਲ ਕਰਕੇ ਅਸੀਂ ਇਹਦੇ ਨਾਲ ਹੋਰ ਗਹਿਰਾਈ ਨਾਲ ਜਿਹੜੀ ਪੁੱਛਗਿੱਛ ਕਰਾਂਗੇ। ਇਸ ਕੇਸ ਵਿੱਚ ਜਿਹੜੇ ਫੋਰਵਰਡ ਅਤੇ ਬੈਕਵਰਡ ਲਿੰਕੇਜਸ 'ਤੇ ਚੰਗੀ ਤਰ੍ਹਾਂ ਕੰਮ ਕੀਤਾ ਜਾਏਗਾ ਤਾਂ ਕਿ ਜਿਹੜੀ ਇੰਟਾਇਰ ਚੇਨ ਆਫ ਸਪਲਾਈ ਹੈਗੀ ਹੈ ਇਸ ਨੂੰ ਅਨਰਥ ਕੀਤਾ ਜਾਵੇ, ਇਸ ਤੋਂ ਪਤਾ ਲਗਾਇਆ ਜਾ ਸਕੇ, ਉਹਨਾਂ ਦੇ ਖਿਲਾਫ਼ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਇਹਨਾਂ ਦੇ ਕੋਈ ਪਰਚੇ ਵੀ ਪਿਛਲੇ ਕੋਈ ਨਹੀਂ? ਹਾਲ ਦੀ ਘੜੀ ਜੋ ਹੁਣ ਤੱਕ ਅਸੀਂ ਰਿਕਾਰਡ ਚੈੱਕ ਕੀਤਾ ਜੀ, ਇਹਦੇ ਖਿਲਾਫ਼ ਹਾਲੇ ਤੱਕ ਤਾਂ ਕੋਈ ਜਿਹੜਾ ਕੇਸ ਹਾਲੇ ਤੱਕ ਰਜਿਸਟਰ ਹੋਣਾ ਨਹੀਂ ਪਾਇਆ ਗਿਆ, ਬਟ ਹੋਰ ਚੰਗੀ ਤਰ੍ਹਾਂ ਇਹਦੀ ਜਿਹੜੀ ਅਸੀਂ ਘੋਖ ਕਰ ਰਹੇ ਹਾਂ ਇਹਦੇ ਰਿਕਾਰਡ ਦੀ। ਇਸ ਤੋਂ ਇਲਾਵਾ ਜਿਹੜੀ ਆਪਣੀ ਦੋਸ਼ੀ ਦੀ ਜਿਹੜੀ ਹੈਗੀ ਹੈ ਪ੍ਰੋਪਰਟੀ ਹੈਗੀ ਹੈ, ਚੱਲ ਅਤੇ ਅਚੱਲ ਜਿਹੜੀ ਸੰਪੱਤੀ ਹੈ, ਐੱਨ ਡੀ ਪੀ ਐੱਸ ਐਕਟ ਦੇ ਵਿੱਚ ਜਿਹੜਾ ਪ੍ਰਾਵਧਾਨ ਹੈਗਾ ਉਸ ਦੇ ਤਹਿਤ ਉਹਨੂੰ ਵੀ ਅਸੀਂ ਚੰਗੀ ਤਰ੍ਹਾਂ ਘੋਖਾਂਗੇ। ਉਹਦੇ ਵਿੱਚੋਂ ਜੇ ਕੋਈ ਪ੍ਰੋਪਰਟੀ ਨਸ਼ਾ ਵੇਚ ਕੇ ਦੋਸ਼ੀ ਵੱਲੋਂ ਬਣਾਈ ਗਈ ਜਿਹੜੀ ਸਾਨੂੰ ਆਈਡੈਂਟੀਫਾਈ ਹੋਈ, ਉਹਦਾ ਕੇਸ ਬਣਾ ਕੇ ਉਹਦੇ ਫਰੀਜ਼ਿੰਗ ਆਰਡਰ ਕੰਪਲੇਂਟ ਅਥਾਰਟੀ ਤੋਂ ਅਸੀਂ ਹਾਸਲ ਕਰਕੇ ਉਹਦੀ ਪ੍ਰੋਪਰਟੀ ਵੀ ਫਰੀਜ਼ ਕਰਾਵਾਂਗੇ ਜੀ।